ਲਾਓ ਵੀ ਬਾਬੇ ਹਾਂਜੀ ਤੁਹਾਡਾ ਕਿਆ ਐਕਸਪੀਰੀਅੰਸ ਰਿਹਾ ਵੀਰੇ? ਹਾਂਜੀ ਠੀਕ ਹੈ। ਫਿਰ ਮੜੇ ਜੇ ਗੱਲ ਨਹੀਂ ਬਣੀ ਬਾਈ ਨੂੰ ਟਰੈਕਟਰ ਹੋਰ ਲਿਆ, ਨਾਂ ਨਹੀਂ ਲੈਣਾ ਉਹ ਟਰੈਕਟਰ ਦਾ। ਠੀਕ ਹੈ ਜੀ। ਭਾਈ ਇਹ ਟਰੈਕਟਰ ਜਿਹੜਾ ਆਪਾਂ ਲੈ ਕੇ ਆਏ ਹਾਂ PB 74 ਨੰਬਰ, ਕਿੰਨਾ ਮਾਡਲ ਹਜੂ ਇਹ? 1000 ਚੱਕਰ ਕਰ ਲਈ, ਦੇਖੋ ਜੀ ਪਿੰਡਾਂ ਚੱਕ ਲੱਗੇ ਕਰਨ। ਹਾਂਜੀ ਬਾਬੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਹੋਰ ਸਾਰੇ ਕਿਵੇਂ ਹੋ? ਠੀਕ ਠਾਕ ਹੈ ਜੀ, ਅਤੇ ਉਮੀਦ ਕਰਦਾ ਸਾਰੇ ਕੈਮ ਹੋਊਗੇ, ਕੈਮ ਠੀਕ ਹੈ ਜੀ। ਅਤੇ ਬਾਕੀ ਅੱਜ ਦੀ ਵੀਡੀਓ ਵੀਰੇ ਆਪਾਂ ਨੇ ਇੱਕ ਜਿਹੜਾ 55 ਲੈ ਕੇ ਆਏ ਤੇ ਉਹ ਚਲੋ ਪਿੱਛੇ ਖੜਾ ਆਪਣੇ ਜਿਹੜਾ 20 ਮਾਡਲ ਦੀ 14 ਟਾਇਰਾਂ 'ਚ ਉਹ ਵਿਕ ਗਿਆ ਜੀ, 16 ਆ ਗਿਆ ਆਪਣੇ ਕੋਲ। ਅਤੇ ਪਰਸੋਂ ਲੈ ਕੇ ਆਏ ਤੇ ਕੱਲ੍ਹ ਚਲੋ ਅੰਦੋਲਨ ਕਰਕੇ ਉਹ ਬੰਦ ਦਾ ਆਪਾਂ ਨੇ ਏਜੰਸੀ ਬੰਦ ਰੱਖੀ ਵੀ ਸੀ, ਅਤੇ ਲੈਟਰ ਘਰ ਲੈ ਗਏ, ਘਰਾਂ ਕੱਲ੍ਹ ਧੋ ਧੋਈਆ ਕਰ ਲਿਆ, ਹੁਣ ਫਿਰ ਅੱਜ ਲੈ ਕੇ ਆ ਗਏ। ਅਤੇ ਜਿਹੜੇ ਸੱਜਣ ਨੂੰ ਲੈਟਰ ਚਾਹੀਦਾ ਹੋਏ ਵੀਰੇ ਆ ਕੇ, ਬਾਕੀ ਤਾਂ ਵੀਡੀਓ ਵਿੱਚ ਤੁਹਾਨੂੰ ਦਿਖੇ ਜਾਣਾ ਵੀ ਲੈਟਰ ਜੇ ਕਿਆ ਕੰਡੀਸ਼ਨ ਆ। ਅਤੇ ਉਸ ਤੋਂ ਬਾਅਦ ਬਾਕੀ ਆਪਣਾ ਆਪਾਂ ਨੇ ਸਪੀਡਾਂ ਚੈੱਕ ਕਰੀਆਂ, ਜੌਨ ਡੀਅਰ ਦੀਆਂ ਅਤੇ ਇੰਡੋ ਫਾਰਮ ਦੀਆਂ। ਅਤੇ ਵੀਰੇ ਅਤੇ ਉਸ ਤੋਂ ਬਾਅਦ ਬਾਈ ਯਾਦ ਆ ਗਿਆ, ਆਪਾਂ ਨੇ ਇੱਕ ਟਰੈਕਟਰ ਦੀ ਡਿਲੀਵਰੀ ਕਰਤੀ ਘਰੇ ਕਰਤੀ ਕੱਲ੍ਹ ਉਹ, ਅਤੇ 30-55 DI 3 ਸਪੀਡ ਉਹ ਆਪਾਂ ਨੇ ਘਰੇ ਕੱਲ੍ਹ ਹੋਮ ਡਿਲੀਵਰੀ ਉਹ ਕਰੀ ਆ, ਜਾਂ ਅਸੀਂ ਜਿਤਾਏ ਨਹੀਂ ਘਰਾਂ ਆਪਾਂ ਨੇ ਕੰਮ ਚੱਕਤਾ। ਬਾਕੀ ਪੂਰੀ ਵੀਡੀਓ ਫੁੱਲ ਦੇਖੇ ਕਰੋ, ਨਾਲੇ ਮੇਰੇ ਸੱਜਣੋ ਵੀਰ ਚੈਨਲ ਨੂੰ ਸਬਸਕ੍ਰਾਈਬ ਲਾਈਕ ਜ਼ਰੂਰ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਕਮੈਂਟ ਕਰਿਆ ਕਰੋ, ਠੀਕ ਹੈ ਜੀ। ਓਕੇ ਬਾਈ, ਲਓ ਨਜ਼ਾਰੇ ਵੀਡੀਓ ਦੇ ਵਿੱਚ। ਹਾਂਜੀ ਸੱਜਣ ਮਿੱਤਰ ਪਿਆਰਿਓ, ਟਰੈਕਟਰ ਲਿਆ ਚੈੱਕ ਆਪਾਂ ਨੇ ਅੱਜ, 2020 ਮਾਡਲ ਸਵਰਾਜ 855 16 ਦੇ ਟਾਇਰਾਂ ਵਿੱਚ। ਹੁਣ ਆਪਾਂ ਜਾ ਰਹੇ ਉਹਦੇ ਪਹੁੰਚ ਕੇ ਜਾ ਕੇ ਤੁਹਾਨੂੰ ਫਿਰ ਵਿਊ ਚੈੱਕ ਕਰਾਉਣਾ ਟਰੈਕਟਰ ਦਾ ਸਾਰਾ ਹੀ, ਠੀਕ ਹੈ ਜੀ। ਹਜ਼ਾਰ ਚੱਕਰ ਕਰ ਲਈ, ਦੇਖੋ ਜੀ ਪਿੰਡਾਂ ਚੱਕ ਲੱਗੇ ਕਰਨ, ਪਹਿਲਾ ਲੋਹ ਹੈ। ਇੰਡੋ ਫਾਰਮ ਵਿੱਚ ਰਹਿ ਗਿਆ ਇੰਡੋ ਫਾਰਮ ਖੜ ਗਿਆ ਜੀ, ਆ ਤੀਆ ਲੋਹ ਲਾ ਲਿਆ, ਦੂਆ ਲੋਹ ਲਾ ਇਹਦਾ ਪਹਿਲਾਂ ਵਾਲਾ, ਰੋਕ ਲਓ ਜੀ ਪਿੱਛੇ ਲੈ ਆਓ, ਹਾਂ ਜਿਹੜਾ ਪਹਿਲਾਂ ਹਾਈ ਵਾਲਾ, ਬਸ ਲਾ ਉਹ ਲਾ ਪਹਿਲਾਂ ਲਓ, ਇਹ ਪਹਿਲਾਂ ਲਓ, ਹੁਣ ਠੀਕ ਆ ਇਹ 'ਚ ਪਾਸ ਆ ਇਹ, ਹਾਂ ਕੰਮ ਤਾਂ ਨਿਬੜਨਾ ਚਾਹੀਦਾ ਫਿਰ। ਚੱਲ ਝੋਟੇ ਆਪਾਂ ਨੇ ਸਾਰੇ ਨਣਾ ਲਏ ਅੱਜ, ਆਹ ਵੀ ਧੋਤਾ, ਆਹ ਵੀ ਧੋਤਾ, ਇੱਕ ਉਹ ਖੜਾ 55 ਉਹ ਵੀ ਧੋਤਾ ਆਪਾਂ ਨੇ 20 ਮਾਡਲ। ਭਾਈ ਇਹ ਟਰੈਕਟਰ ਜਿਹੜਾ ਆਪਾਂ ਲੈ ਕੇ ਆਏ ਹਾਂ PB 74 ਨੰਬਰ, ਕਿੰਨਾ ਮਾਡਲ ਹਜੂ ਇਹ?
ਵੀਹ ਮਾਡਲ ਹੈ ਜੀ, ਟਾਇਰ ਟੱਪਾ ਨਾਲ ਦਾ ਜੀ ਬਾਈ, ਅਤੇ ਇਹ ਟਰੈਕਟਰ ਹੈਗਾ 16 ਦੇ ਟਾਇਰਾਂ ਵਿੱਚ। ਜਿਹੜੇ ਬੰਦਿਆਂ ਨੂੰ ਬਾਈ 16 ਦੀ ਡਿਮਾਂਡ ਤੀ ਉਹ ਟਰੈਕਟਰ ਦੇਖ ਸਕਦਾ ਕਿ ਟਰੈਕਟਰ ਤੁਹਾਡੇ ਸਾਹਮਣੇ ਆ, ਸੋਹਣਾ ਸੁਨੱਖਾ ਪੂਰਾ ਐਨ। ਇੱਕ ਵਾਰੀ ਪਿੱਛੇ ਦੇ ਲੁੱਕ ਚੈੱਕ ਕਰਾ ਦਈਏ, ਹੰਝੂ ਠੀਕ ਹੈ ਟਰੈਕਟਰ ਤਾਂ, ਹੈ ਨਾ ਸਾਫ਼ ਹੈ ਹਾਂ। ਅਤੇ ਡੰਡਾ ਮੈਂ ਕਹਿੰਦਾ ਗੱਡੀ 'ਚ ਪਿਆ ਉੱਧਰ, ਡੰਡਾ ਵੀ ਹੈਗਾ ਬਾਈ, ਟੈਨਸ਼ਨ ਨਾ ਲਿਓ। ਅਤੇ ਬਾਕੀ ਸਟਾਰਟ ਕਰਕੇ ਦਿਖਾ ਇੱਕ ਵਾਰੀ ਇਹਨੂੰ, ਘੋੜਾ ਮਫਲ ਲੱਗਿਆ ਵਾ, ਬਾਕੀ ਆਵਾਜ਼ ਚੈੱਕ ਕਰੋ ਟਰੈਕਟਰ ਦੀ। ਅਤੇ ਕੋਈ ਸਮੋਕ ਨਹੀਂ ਟਰੈਕਟਰ ਦੀ, ਐਂ ਸਾਫ਼ ਸੁਥਰੀ ਫੁੱਲ ਲੋਕੇ ਰਿਪੋਰਟ ਹੈ। ਹਾਜੂ ਤਾਂ ਜੇ ਕੱਲ੍ਹ ਚਲਾਇਆ ਜੀ, ਕਿਹੋ ਜਿਹਾ ਲੱਗਿਆ ਤੁਹਾਨੂੰ ਚਲਾ ਕੇ? ਠੀਕ ਹੈ ਬਾਈ, ਐਨ ਵਧੀਆ। ਅਤੇ ਬਾਈ ਇਹ ਪਾਇਆ ਜਾਂਦਾ ਦੇਖ ਲਓ, ਐਂ ਸਾਫ਼ ਪਈਆਂ। ਅਤੇ ਟਰੈਕਟਰ ਚੱਲਿਆ ਵਾ 1150 ਘੰਟੇ, ਅਤੇ ਖੇਤੀ ਨੂੰ ਚੱਲਿਆ ਵਾ ਇਹ। ਟਾਇਰਾਂ ਦੀ ਕੰਡੀਸ਼ਨ ਦਾ ਤੁਸੀਂ ਜੱਜਮੈਂਟ ਲਾ ਸਕਦੇ ਹਾਂ, ਬਾਕੀ ਸ਼ਕੀਨ ਬੰਦੇ ਕੋਲ ਤਾਂ, ਕਿਉਂਕਿ ਸ਼ਕੀਨ ਬੰਦਾ ਹੀ ਇਹੋ ਜਿਹੇ ਪਵਾਏ ਕਰਦਾ ਉਹ ਸੇਫਟੀ ਗਾਰਡ ਜੇ ਉੱਪਰ ਦੀ ਕਰਦਾ ਕਰ ਗਿਆ ਯਾਰ। ਚੱਲ ਕੋਈ ਨਹੀਂ, ਅਤੇ ਬਾਕੀ ਜਿਹੜੇ ਸੱਜਣ ਨੇ ਲੈਣਾ ਹੋਇਆ ਵੀਰੇ, ਕੱਲ੍ਹ ਨੂੰ ਰੋਪੜ ਪਹੁੰਚਣਾ ਜਾਂ ਅਸੀਂ ਆ ਕੇ ਉੱਥੇ ਦੇਖ ਲਓ ਡਾਕਟਰ ਨੂੰ ਪੂਰਾ ਬੰਦ। ਨੰਬਰ ਹੈਗਾ PV 7420-8851। ਠੀਕ ਹੈ ਜੀ, ਓਕੇ ਰਿਪੋਰਟ ਆਜੂ ਬਹੁਤ ਹੈ ਨਾ। ਟਰੈਕਟਰ ਲੱਗੇ ਦੇਣ, ਹੋ ਗਿਆ ਬਾਈ ਸੇਲ ਟਰੈਕਟਰ। ਹੋਮ ਤੋਂ ਡਿਲੀਵਰੀ ਕਰੀ ਅੱਜ, ਹੋਮ ਮੇਡ ਡਿਲੀਵਰੀ ਕਰਨੀ ਅੱਜ ਮੋਰੇ ਨੇ ਖੜਦਾ, ਤੁਹਾਨੂੰ ਮੈਂ ਵੀਡੀਓ 'ਚ ਦਿਖਾਉਣਾ ਜੱਟ ਜਾਣਾ ਮੋੜ। ਉਹ ਤਾਂ ਦੂਏ ਕਾਗਜ਼ ਭਾਈ ਹੋਣੇ ਪਾਪਾ, ਹਾਂ ਸਾਫ਼ ਤਾਂ ਨਹੀਂ ਹੋਣਾ ਵੀਰੇ। ਅਤੇ ਡਿਲੀਵਰੀ ਡਨ ਇਹਦੀ, ਆਹ ਰਹਿ ਗਿਆ ਅਤੇ 55 ਖੜਾ, ਉਹ ਕੱਲ੍ਹ ਚੱਲ ਜਾਣਾ ਰੋਪੜ। ਹਾਂਜੂ ਖੜ ਜਾ ਮੂਹਰੇ, ਅੱਜ ਅਸਲੀ ਚਾਬੀ ਫੜਾ ਦਿਓ। ਬਾਈ ਸਤਿ ਸ਼੍ਰੀ ਅਕਾਲ ਜੀ, ਕਿਹੜਾ ਪਿੰਡ ਜੀ ਆਪਣਾ ਵੀਰੇ? ਠੀਕ ਹੈ ਜੀ, ਦੇ ਲਾਗੇ ਪੈ ਜਾਂਦਾ। ਅੱਛਾ ਜੀ, ਵੀਰੇ ਜੀ ਕਿਵੇਂ ਪ੍ਰੋਗਰਾਮ ਬਣ ਗਿਆ ਇੰਡੋ ਫਾਰਮ ਲੈਣ ਦਾ? ਬਸ ਸੁਣਿਆ ਬਾਈ, ਦੇਖ ਕੇ ਸੀਗਾ, ਚੱਲ ਦੇਖ ਲੈਂਦੇ ਵਰਤ ਕੇ ਹੀ। ਬਾਈ ਉਹਨੇ ਤਾਂ ਵੀਰ ਉੱਪਰ ਬੈਠਾ ਟਰੈਕਟਰ ਦੇ, ਹਾਂਜੀ ਪਹਿਲਾਂ ਆਪਣਾ ਹਾਲ ਲੈਣ ਲੱਗੇ ਤਿੰਨ ਲੋ ਫਾਰਮ। ਠੀਕ ਹੈ ਜੀ, ਫਿਰ ਮਾੜੇ ਜੇ ਕੋਈ ਗੱਲ ਨਹੀਂ ਬਣੀ ਬਾਈ, ਉਹਨੂੰ ਟਰੈਕਟਰ ਹੋਰ ਲਿਆ, ਨਾਂ ਨਹੀਂ ਲੈਣਾ ਉਹ ਟਰੈਕਟਰ ਦਾ। ਠੀਕ ਹੈ ਜੀ,
ਉਹ ਵੀ ਆਪਣੇ ਆੜੀ ਨੇ ਬੰਦਾ ਜਿਹੜਾ ਟਰੈਕਟਰ ਲੈ ਗਿਆ। ਹਾਂਜੀ ਹਾਂਜੀ, ਬਹੁਤ ਪਰੇਸ਼ਾਨ ਹੋਏ ਵੀਰੋ ਨੇ, ਤੇ ਵੀਰ ਨੇ ਸਿਫਾਰਿਸ਼ ਵੱਧ ਪਾਈ ਵਿੰਡੋ ਫਾਰਮ ਟਰੈਕਟਰ ਲਓ। ਠੀਕ ਆ, ਜਿਹੜੇ ਤੇਲ ਦਾ ਜਿੰਨਾ ਬਾਈ ਨੂੰ ਮੈਂ ਦੱਸਿਆ ਟਰੈਕਟਰ ਦਾ ਖਾਣ ਦਾ, ਕਹਿੰਦਾ ਉਹਦਾ ਡਬਲ ਖਾਂਦਾ। ਅੱਛਾ, ਹਾਂ ਫਿਰ ਤਾਂ ਵਧੀਆ ਰਹਿ ਗਿਆ ਇੰਡੋ ਫਾਰਮ ਲੈ ਕੇ। ਮੈਂ ਦੱਸ ਦੂੰ ਕਿਹੜਾ, ਪਰ ਉਹ ਬੰਦੇ ਆੜੀ ਬਹੁਤ ਆਪਣੇ, ਜਿਹੜਾ ਟਰੈਕਟਰ ਬਾਈ ਨੂੰ ਲੈ ਕੇ ਗਏ ਉਹ ਸਾਨੂੰ ਪੁਰਾਣਾ ਟਰੈਕਟਰ ਵੀ ਦਿੰਦੇ ਆ, ਫਿਰ ਲੜਾਈ ਵੱਜ ਪਊ ਉਹਨਾਂ ਨਾਲ, ਔਖਾ ਹੋ ਜਾਏਗਾ ਕਾਹਨੂੰ ਤਾਂ ਇੰਡੋ ਹੈ ਨਾ, ਉਹ ਕਰਨਾ ਨਹੀਂ ਆਪਾਂ ਨੇ ਕਹਿੰਦੇ ਜੀ, ਸਾਰੇ ਆਪਣੇ ਵੀਰੇ ਟੱਚ ਦੇ ਨੇ ਬੰਦੇ ਮਰਿੰਡੇ ਵਾਲੇ ਕਿਆ ਰੋਪੜ ਵਾਲੇ, ਆਹ ਗੱਲ ਵੀ ਸ਼ਾਇਦ ਸੁਣੇ ਉਹਨਾਂ ਨੂੰ, ਚਲੋ ਆਪਾਂ ਨਾਉਣ ਨਹੀਂ ਲੈਣਾ, ਉਹ ਵਧੀਆ ਗੱਲ ਹੈ। ਹਾਂਜੀ ਹਾਂਜੀ, ਚਲੋ ਠੀਕ ਹੈ ਵੀਰੇ, ਮਾਰੋ ਸੈਲਫੀ ਜੀ, ਲਓ ਵੀ ਬਾਬੇ ਬਾਬੇ। ਹਾਂਜੀ, ਤੁਹਾਡਾ ਕਿਆ ਐਕਸਪੀਰੀਅੰਸ ਰਿਹਾ ਵੀਰੇ? ਹਾਂਜੀ ਵਧੀਆ ਟਰੈਕਟਰ ਹੈ ਜੀ। ਘੈਂਟ ਹੈ, ਕਿੰਨਾ ਕਿਆ ਸੱਚੀ? ਅਗਲੀ ਵਾਰ ਤੁਹਾਨੂੰ ਦੇਣਾ ਹੋਣਾ ਇਹਦੇ ਨਾਲ ਦਾ, ਮੈਨੂੰ ਮੁਫ਼ਤ ਮਿਲੂਗਾ, ਤੁਹਾਨੂੰ ਮੁਫ਼ਤ, ਤੁਹਾਨੂੰ ਡੈਮ ਹੋਣਾ ਦੇਣਾ ਆਪਾਂ ਨੇ, ਵੱਢ ਜਿੰਨਾ ਵੱਢ ਹੁੰਦਾ। ਠੀਕ ਨੀ ਬਾਈ, ਚੱਲੇ ਅੱਜ ਅੱਜ ਬੰਦ ਕਰੀ ਵੀ ਅਸੀਂ, ਉਹ ਤਾਂ ਕਰਤੀ ਕਿਉਂਕਿ ਧਰਨੇ ਕਰਕੇ ਨਾ ਕਿਸਾਨਾਂ ਦੇ ਆਪਣੇ ਮੋਰਚਾ ਕਰਕੇ ਵਜੋਂ ਬੰਦੇ ਦਾ ਸਾਰਾ ਚਲੋ। ਬਾਕੀ ਬਾਈ ਜਾਣਾ ਕਹਿੰਦੇ ਅਸੀਂ ਟਰੈਕਟਰ ਲੈ ਕੇ ਜਾਣਾ ਸੀਗਾ, ਵੀ ਘਰੇ ਖੜ੍ਹੇ ਆ ਕੇ ਲੈ ਜਾਓ, ਅਤੇ ਆ ਕੇ ਘਰੇ ਸੌਦਾ ਕਰਿਆ। ਚਲੋ ਅੱਧਾ ਘੰਟਾ ਹੀ ਲੱਗਿਆ ਵੈਸੇ ਬੰਦੇ ਲੈ ਕੇ ਚੱਲੇ, ਬਾਈ ਵਧੀਆ ਬੰਦੇ ਬਹੁਤਾ ਟਾਈਮ ਲਾਉਂਦੇ ਬਾਈ, ਦੇਖਿਆ ਹੋਇਆ ਥ੍ਰੀ ਸਪੀਡ 30-55 DI 60 ਪਾਵਰ ਵਿੱਚ, 16 ਦੇ ਟਾਇਰਾਂ ਦਾ 4 ਸਿਲੰਡਰ। ਬਾਕੀ ਤੁਸੀਂ ਆਵਾਜ਼ ਚੈੱਕ ਕਰੋ, ਐਨ ਪੱਧਰੀ ਇੱਕ ਲੈ ਪਰ ਇੰਜਣ ਚੱਲ ਰਿਹਾ। ਚਲੋ ਜੀ, ਇਹ ਵੀ ਗਿਆ ਆਪਣੇ ਨਵੇਂ ਘਰ, ਵਿਆਹ ਤਾਂ ਇਹ ਵੀ ਹੁਣ ਸਾਨੂੰ।